हेलो स्टूडेंट्स, बच्ची आज आपां करनी है रिएक्शन विद बेसिस। ठीक है, बेसिकली आपां एल्डिहाइड कीटोन्स करते पए हैं। ठीक है ना, तो आज आपां करनी है रिएक्शंस विद बेसिस। जदों आपां एल्डिहाइड या कीटोन नूं किसी बेस नाल रिएक्ट करवाने हैं तो की हुंदा है। ठीक है, तो फस्ट जिहड़ी रिएक्शन करनी है आपां हैगी है एल्डोल कंडनसेशन। एल्डोल कंडनसेशन दे विच एक चीज़ आपां याद रखनी है, ਇਹਦੇ ਵਿੱਚ ਐਲਫਾ ਹਾਈਡਰੋਜਨ ਹੋਣੀ ਚਾਹੀਦੀ ਆ। ਜੇ ਕੰਪਾਊਂਡ ਕੋਲ ਐਲਡੀਹਾਈਡ ਕੋਲ ਜਾਂ ਕੀਟੋਨ ਕੋਲ ਐਲਫਾ ਹਾਈਡਰੋਜਨ ਆ, ਫਿਰ ਹੀ ਉਹ ਐਲਡੋਲ ਕੰਡੈਂਸੇਸ਼ਨ ਰਿਐਕਸ਼ਨ ਦਊਗਾ, ਅਦਰਵਾਈਜ਼ ਉਹ ਰਿਐਕਸ਼ਨ ਨਹੀਂ ਦਊਗਾ। ਠੀਕ ਹੈ, ਯਾਦ ਕੀ ਰੱਖਣਾ, ਕੋਈ ਵੀ ਐਲਡੀਹਾਈਡ ਜਾਂ ਕੀਟੋਨ ਕਦੋਂ ਕੰਡੈਂਸੇਸ਼ਨ ਰਿਐਕਸ਼ਨ ਦਊਗਾ, ਐਲਡੋਲ ਕੰਡੈਂਸੇਸ਼ਨ, ਜਦੋਂ ਉਹਦੇ ਕੋਲ ਐਟਲੀਸਟ ਵਨ ਐਲਫਾ ਹਾਈਡਰੋਜਨ ਹੋਵੇ। ਠੀਕ ਹੈ, ਅਤੇ ਆਪਾਂ ਇਹਦੇ ਵਿੱਚ ਜਿਹੜੇ ਡਲਿਊਟ ਐਲਕਲੀਸ ਯੂਜ਼ ਕਰ ਸਕਦੇ ਹਾਂ, ਮਤਲਬ ਬੇਸਿਸ ਯੂਜ਼ ਕਰ ਸਕਦੇ ਹਾਂ, ਕਿਹੜੇ ਕਿਹੜੇ ਉਹ ਦੇਖ ਲੈਣੇ ਆ। ਜਿਹੜਾ ਮੇਨ ਆਪਾਂ ਯੂਜ਼ ਕਰਦੇ ਹਾਂ ਸੋਡੀਅਮ ਹਾਈਡਰੋਕਸਾਈਡ ਯੂਜ਼ ਕਰ ਸਕਦੇ ਹਾਂ। ਠੀਕ ਹੈ, ਸੋਡੀਅਮ ਕਾਰਬੋਨੇਟ ਕਰ ਸਕਦੇ ਹਾਂ। ਠੀਕ ਹੈ ਨਾ, ਇਸ ਤਰ੍ਹਾਂ ਯਾਦ ਰੱਖਣਾ ਹੈ। ਠੀਕ ਹੈ, ਅਤੇ ਰਿਐਕਸ਼ਨ ਕਿਸ ਤਰ੍ਹਾਂ ਹੋਣੀ ਆ, ਸਭ ਤੋਂ ਪਹਿਲਾਂ ਆਪਾਂ ਐਸੀਟੈਲਡੀਹਾਈਡ ਦੀ ਐਗਜ਼ਾਮਪਲ ਦੇ ਨਾਲ ਕਰਦੇ ਹਾਂ। ਠੀਕ ਹੈ, ਬੇਸਿਕਲੀ ਇਹਦੇ ਵਿੱਚ ਦੋ ਮੋਲੀਕਿਊਲਸ ਆਪਸ ਦੇ ਵਿੱਚ ਰਿਐਕਟ ਕਰਦੇ ਆ। ਠੀਕ ਹੈ ਨਾ, ਉਹਦੇ ਵਿੱਚ ਕੰਡੈਂਸੇਸ਼ਨ ਹੁੰਦੀ ਹੈ। ਕੰਡੈਂਸੇਸ਼ਨ ਮੀਨਸ ਵਾਟਰ ਮੋਲੀਕਿਊਲ ਰਿਮੂਵ ਹੁੰਦਾ ਪਿਆ, ਯਾਦ ਰੱਖਣਾ। ਕੰਡੈਂਸੇਸ਼ਨ ਮਤਲਬ ਕੀ ਹੋ ਰਿਹਾ, ਵਾਟਰ ਮੋਲੀਕਿਊਲ ਜਿਹੜਾ ਰਿਮੂਵ ਹੋ ਰਿਹਾ। ਇਹਦੇ ਵਿੱਚ ਕਰਨਾ ਕੀ ਹੈ, ਸਭ ਤੋਂ ਪਹਿਲਾਂ ਜਿੱਦਾਂ ਐਸਿਡ ਐਲਡੀਹਾਈਡ ਆਪਾਂ ਬਣਾ ਲਈਏ। ਠੀਕ ਹੈ, ਜਿੱਦਾਂ ਇਹ ਰਿਐਕਸ਼ਨ ਉਹਦਾ ਇਸ ਤਰ੍ਹਾਂ ਚੱਲਣੀ ਹੈ। ਠੀਕ ਹੈ, ਇਹਦੇ ਵਿੱਚ ਪਾਉਣਾ ਉਹਨਾਂ ਨੇ ਓ ਐਚ ਨੈਗੇਟਿਵ। ਹੁਣ ਤੁਹਾਨੂੰ ਮੈਂ ਉੱਦਾਂ ਥੋੜ੍ਹਾ ਕਿਹਦਾ ਮੈਕਾਨਿਜ਼ਮ ਦੇ ਅਕੋਰਡਿੰਗ ਸਮਝ ਲੈਣੀ ਆ ਤੁਸੀਂ। ਜਿੱਦਾਂ ਸੀ, ਜਿੱਦਾਂ ਦੋ ਮੋਲੀਕਿਊਲਸ ਆਪਸ ਦੇ ਵਿੱਚ ਕੰਡੈਂਸ ਕਰਦੇ, ਇਹਦੇ ਵਿੱਚ ਤੁਸੀਂ ਸਮਝ ਲੈਣਾ ਜਿਹੜਾ ਇੱਕ ਮੋਲੀਕਿਊਲ ਨਾ ਸੀ ਐਚ ਥ੍ਰੀ, ਜਦੋਂ ਇਹਦੇ ਵਿੱਚ ਆਪਾਂ ਓ ਐਚ ਨੈਗੇਟਿਵ ਪਾਉਣਾ ਆ, ਓ ਐਚ ਨੈਗੇਟਿਵ ਨੂੰ ਇੱਕ ਚਾਹੀਦਾ ਹਾਈਡਰੋਜਨ, ਇੱਥੇ ਟੂ ਕਰ ਦਿਓ, ਇੱਥੇ ਐਚ ਕਰ ਦਿਓ। ਠੀਕ ਹੈ, ਜਿਹੜਾ ਓ ਐਚ ਨੈਗੇਟਿਵ ਨੇ ਉਹਨੇ ਇੱਧਰੋਂ ਇੱਕ ਐਚ ਕੱਢ ਲੈਣਾ। ਜਦੋਂ ਐਚ ਕੱਢ ਲੈਣਾ, ਇਹ ਕੀ ਚੀਜ਼ ਬਣ ਜਾਣੀ ਹੈ, ਬਣ ਜਾਣਾ ਸੀ ਐਚ ਟੂ ਨੈਗੇਟਿਵ ਨਾਲ ਸੀ ਡਬਲ ਬੋਂਡ ਓ ਐਚ, ਇੰਨੀ ਚੀਜ਼ ਬਣ ਗਈ। ਹੁਣ ਜਿਹੜੀ ਇਹ ਵਾਲੀ ਚੀਜ਼ ਆ, ਇਹ ਅਗਲੇ ਸਟੈਪ ਦੇ ਵਿੱਚ ਜਿਹੜਾ ਦੂਸਰਾ ਐਸੀਟੈਲਡੀਹਾਈਡ ਆ, ਠੀਕ ਹੈ, ਸਾਡੇ ਕੋਲ ਹੁਣ ਇਹ ਨੈਗੇਟਿਵ ਆ। ਨੈਗੇਟਿਵ ਕਿੱਥੇ ਅਟੈਕ ਕਰੂਗਾ, ਕਾਰਬਨ ਅਤੇ ਆਕਸੀਜਨ 'ਚੋਂ ਇਲੈਕਟ੍ਰੋ ਨੈਗੇਟਿਵ ਕੌਣ ਆ, ਆਕਸੀਜਨ ਇਲੈਕਟ੍ਰੋ ਨੈਗੇਟਿਵ ਹੈ, ਮੀਨਸ ਇੱਧਰ ਪਾਰਸ਼ਲ ਨੈਗੇਟਿਵ ਚਾਰਜ ਆ, ਇੱਧਰ ਪਾਰਸ਼ਲ ਪੋਜ਼ਿਟਿਵ ਚਾਰਜ ਆ। ਨੈਗੇਟਿਵ ਨੇ ਇਹ 'ਤੇ ਅਟੈਕ ਕਰਨਾ, ਆਹ ਵਾਲੇ ਬੌਂਡ ਦੀ ਬ੍ਰੇਕ ਡਾਊਨ ਹੋ ਜਾਣੀ ਹੈ। ਠੀਕ ਹੈ, ਇਹਦੇ ਵਿੱਚ ਹੁੰਦਾ ਕੀ ਹੈ, ਠੀਕ ਹੈ, ਇਹ ਵਾਲਾ ਐਚ ਮੈਂ ਜਿਹੜਾ ਇੱਧਰ ਸੀਗਾ ਉਹਨੂੰ ਨੀਚੇ ਲਗਾ ਦਿੱਤਾ, ਉੱਪਰ ਕਿਆ ਚੱਲ ਗਿਆ ਓ ਨੈਗੇਟਿਵ। ਠੀਕ ਹੈ, ਇੱਧਰ ਸੀ ਐਚ ਟੂ ਸੀ ਡਬਲ ਬੌਂਡ ਓ ਐਚ। ਠੀਕ ਹੈ, ਫਿਰ ਹੁਣ ਇਹਦੇ ਵਿੱਚ ਕਿਆ ਹੁੰਦਾ, ਜਿਹੜਾ ਐਚ ਪੋਜ਼ਿਟਿਵ ਸਟਾਰਟਿੰਗ ਦੇ ਵਿੱਚ ਨਿਕਲਿਆ ਹੁੰਦਾ ਆ, ਉਹ ਆਹ ਵਾਲੇ ਪੁਆਇੰਟ 'ਤੇ ਆ ਕੇ ਜੁੜ ਜਾਂਦਾ ਆ। ਠੀਕ ਹੈ, ਜਦੋਂ ਇਹ 'ਤੇ ਜੁੜ ਗਿਆ, ਹੁਣ ਇਹਦੇ ਵਿੱਚੋਂ ਵਾਟਰ ਮੋਲੀਕਿਊਲ ਰਿਮੂਵ ਹੁੰਦਾ। ਇਹਦੇ ਵਿੱਚੋਂ ਵਾਟਰ ਮੋਲੀਕਿਊਲ ਕਿੱਦਾਂ ਰਿਮੂਵ ਹੋਣਾ, ਇੱਧਰੋਂ ਓ ਐਚ ਅਤੇ ਇੱਧਰੋਂ ਇੱਕ ਐਚ। ਠੀਕ ਹੈ, ਜਿਲਾ ਇੱਧਰੋਂ ਰਿਮੂਵ ਹੋਣਾ ਅਤੇ ਇਹਨਾਂ ਦੇ ਗੱਬੇ ਕੀ ਆ ਜਾਣਾ, ਇਹਨਾਂ ਦੇ ਵਿੱਚ ਡਬਲ ਬੌਂਡ ਆ ਜਾਣਾ, ਸੀ ਐਚ ਥ੍ਰੀ ਸੀ, ਆ ਐਚ ਨੀਚੇ ਵਾਲਾ ਇੱਦਾਂ ਹੀ ਹੈ, ਡਬਲ ਬੌਂਡ ਸੀ ਐਚ, ਇਸ ਤਰ੍ਹਾਂ ਕੰਮ ਚੱਲਣਾ ਹੈ। ਠੀਕ ਹੈ, ਹੋਪ ਤੁਹਾਨੂੰ ਸਮਝ ਆਈ ਹੋਊਗੀ, ਨਹੀਂ ਤਾਂ ਆਪਾਂ ਇੱਕ ਦੋ ਪ੍ਰੈਕਟਿਸ ਇਹਦੀਆਂ ਹੋਰ ਕਰ ਲੈਂਦੇ ਹਾਂ। ਜਿਹੜਾ ਇਹਦਾ ਮੈਂ ਤੁਹਾਨੂੰ ਇੱਕ ਰਫ ਮੈਕਾਨਿਜ਼ਮ ਦੱਸਿਆ ਕਿ ਇਸ ਤਰ੍ਹਾਂ ਚੱਲਦਾ ਪਿਆ ਸਿਸਟਮ। ਠੀਕ ਹੈ, ਬਟ ਜੇ ਤੁਸੀਂ ਪੇਪਰ ਦੇ ਵਿੱਚ ਕੰਪਲੀਟ ਕਰਨੀ, ਤੁਸੀਂ ਇੱਥੇ ਓ ਐਚ ਨੈਗੇਟਿਵ ਪਾਇਆ, ਹੁਣ ਤੁਸੀਂ ਉੱਦਾਂ ਯਾਦ ਰੱਖਣਾ ਜਿਹੜਾ ਓ ਐਚ ਨੈਗੇਟਿਵ ਆ, ਜਿੱਦਾਂ ਇਹ ਕਾਰਬਨ ਆ ਨਾ, ਇਹਦੇ ਨਾਲ ਜਿਹੜੀ ਫਸਟ ਕਾਰਬਨ ਹੁੰਦੀ ਆ ਉਹਨੂੰ ਐਲਫਾ ਕਾਰਬਨ ਬੋਲਦੇ ਹਾਂ, ਉਹ ਕਾਰਬਨ 'ਤੇ ਜਿਹੜੀਆਂ ਹਾਈਡਰੋਜਨਸ ਲੱਗੀਆਂ ਹੋਈਆਂ ਉਹਨਾਂ ਨੂੰ ਆਪਾਂ ਐਲਫਾ ਹਾਈਡਰੋਜਨਸ ਬੋਲਦੇ ਹਾਂ। ਜਿਹੜਾ ਓ ਐਚ ਨੈਗੇਟਿਵ ਆ, ਇੱਥੋਂ ਇੱਕ ਐਲਫਾ ਹਾਈਡਰੋਜਨ ਕੱਢ ਲੈਂਦਾ, ਜਿਹੜਾ ਇੱਥੋਂ ਇੱਕ ਐਲਫਾ ਹਾਈਡਰੋਜਨ ਕੱਢ ਲੈਣੀ, ਇੱਥੇ ਕੀ ਰਹਿ ਜਾਂਦਾ, ਸੀ ਐਚ ਟੂ
सी डबल बॉन्ड ओ एच। आ वाले ने की किया इन्हें इतों एक एच कढ ले अल्फा हाइड्रोजन कढ़ ले जिला अल्फा हाइड्रोजन कढ़ ले इतने केड़ा चार्ज आ गया नैगेटिव। हूँ ये जो नैगेटिव है ये अटैक करता ए वाली कार्बन से ए कार्बन की ब्रेकडाउन हो जाती है। जोड़ा इतों आ वाला एच कढ़िया ये बाद इतने जाके जुड़ता ठीक है ना। हूँ देखो की हो गया सी एच थ्री सेम उ चीज़ा मैं आ एच नीचे लिखता ए दे नाल क्या जोड़ के सी एच टू डबल बॉन्ड सी ओ एच एनी चीज़ हो गई। हुण इत्थे ऑक्सीजन ते नैगेटिव चार्ज आ गया सी। हुण जिहड़ा एच इधरों कढ़िया सी वो एच इत्थे जोड़ दिता आपां एनी चीज़ हो गई। हुण इहदे बाद विच की चलदा पिया आ। हुण ये जिहड़ा सी एच टू आ इहनूं एक एच इधरों कढ दिओ एक एच मैं उपर नूं करके लिखती। हुण नैक्सट स्टैप दे विच इत्थों वाटर दा रिमूव हो जाणा। जिहड़ा इत्थों वाटर दा रिमूव होणा इहनां दे विच क्या जाणा डबल बॉन्ड क्या बन जाणा सी एच थ्री सी आ एच नीचे वाले डबल सिंगल बॉन्ड तो पहले ही सीगा वाटर दा रिमूव करके इत्थे डबल बॉन्ड आ गया सी एच सी डबल बॉन्ड ओ एच एनी चीज़ बन जाती है ठीक है। इहदियां मैं एक दो एग्जाम्पल्स होर करवा दिंदा ध्यान नाल समझो। ओके बेटा हुण नैक्सट एग्जाम्पल दे विच आपां एसीटोन दी एल्डोल कंडेंसेशन करवाण लगे। हुण देखो ये जिहड़ा लिखना है आपां अपनी समझदारी नाल लिखना है कि इहनूं किस तरह एसीटोन आ सी एच थ्री मैं नीचे लिख दिता ठीक है। फिर दूसरा मॉलिक्यूल एसीटोन दा हुण देखो ये जिहड़ी आ ना जिहड़ा आपां सेम मॉलिक्यूल लैने पए आ इहदी इधर भी अल्फा हाई कार्बन आ इधर भी अल्फा अल्फा कार्बन आ ठीक है। इहदे नाल भी तीन अल्फा हाइड्रोजन जुड़ियां जिधरों मर्जी कट लो सेम चीज़ है इहनूं कोई फर्क नहीं पैंदा। तुसीं फर्स्ट स्टैप दे विच क्या करदे आ जे बेस पाया बेस की करदा इहदे विचों बेस ने एच पॉजिटिव फड़ लिया बाहर कढ़ता एच पॉजिटिव बाहर कढ़ता ए वाला जिहड़ा एच पॉजिटिव बाहर कढ़ दिता इधर की बन गया सी एच टू नैगेटिव सी डबल बॉन्ड ओ सी एच थ्री। हुण जिहड़ा ए वाला कार्बन ते ऑक्सीजन दे विचों ऑक्सीजन इलैक्ट्रो नैगेटिव है इधर पार्शल पॉजिटिव चार्ज इधर पार्शल नैगेटिव सच इलेक्ट्रो नैगेटिव है पार्शल नैगेटिव पार्शल पॉजिटिव। इन्हें अटैक करना कार्बन ते ए बॉन्ड दी अगे शिफ्ट हो जाना ठीक है ना। मैं तुहानू मैकानिज़म दसदा पिया सी एच थ्री एज इट इज सी नीचे नू सी एच थ्री ठीक है। इहदे विच क्या बन गया सिंगल बॉन्ड सी एच ठीक है सी सी एच टू आ ना एक एच इदा ही लिखता एक एच मैं उपर नू पा के लिख दिता ठीक है ना डबल बॉन्ड सी ओ सी एच थ्री एनी चीज़ बन गई। हुण जिहड़ा इधर डबल बॉन्ड सीगा सिंगल बॉन्ड रह गया ठीक है। हुण इत्थे नैगेटिव चार्ज हुंदा नैगेटिव वाल देख के आ पॉजिटिव भज्जिया भज्जिया इहदे कोल जांदा ते की बन जांदा ओ एच पॉजिटिव ओ एच बन गया ठीक है। क्या बन गया ओ एच। हुण जिहड़ा ए वाला ओ एच ते इधरों वाटर की हो जांदा इहदे विचों वाटर रिमूव हो जांदा। जिहड़ा वाटर रिमूव होणा इहदे विच क्या आ जाणा डबल बॉन्ड सी एच थ्री सी नीचे सी एच थ्री इधर डबल बॉन्ड आ गया सी एच सी डबल बॉन्ड ओ सी एच थ्री। इस तरह चलता पिया काम ठीक है। हुण ये रिएक्शनस सिर्फ ओ मॉलिक्यूल दिंदे आ जिन्हां कोल अल्फा हाइड्रोजन प्रेजेंट आ। अगर अल्फा हाइड्रोजन ना होवे तां ये रिएक्शन नहीं होनी ठीक है। हुण देखो जिद्दां आपां एक एग्जाम्पल एसीटोफिनोन नाल कर दिंदे आ एसीटोफिनोन दी अलडोल कंडेंसेशन करन लगे हाँ ठीक है ना। अलडोल कंडेंसेशन कंडेंसेशन समझते पे मीनस रिमूवल ऑफ वाटर मॉलिक्यूल। हुण एसीटोफिनोन जिहड़ा हुंदा उह इस तरह का मॉलिक्यूल हुंदा आ थोड़ा लिखदा लिखदा मैं उपर नूं चल जाना ठीक है ना तो कोई चक्कर नहीं। एसीटोफिनोन इस तरह का हुंदा है ठीक है। इहदे नाल एक कार्बन लगी हुई डबल बॉन्ड ते नाल सी एच थ्री लग्या होया।
हुण देखो जिहड़ी ए वाली कार्बन है इक्को दे नाल आ अल्फा कार्बन जुड़ी हुई है, के वाली अल्फा कार्बन जुड़ी हुई है। हुण समझ के देखो जिहड़ी ए वाली कार्बन है इहदे ते कोई हाइड्रोजन लगा होया, इहदे कोई हाइड्रोजन नहीं आ, ये समझ लेना। क्योंकि देखो एक कार्बन आ, एक ए बॉन्ड बनाया होया, एक दो तीन चार, 1 2 3 4 कार्बन ने चार बॉन्ड तो बनाए हुए, ये तो कोई हाइड्रोजन नहीं लगी होगी, ठीक है, क्योंकि बैलेंसी वो चार होंगी है। बट ए वाली कार्बन के नाल तीन अल्फा हाइड्रोजन हैगे आ, अल्फा कार्बन के नाल तीन अल्फा हाइड्रोजन हैगे आ। सो आप जिहड़ा किहदे विचों हाइड्रोजन कढ सकते हैं, ए वाला अल्फा हाइड्रोजन काते चाहिए सानू, क्योंकि जिहड़ा साडा बेस आ वह एक एच पॉजिटिव बाहर कढ के फिर अगे रिएक्शन तुरदी है। जे एच पॉजिटिव बाहर ना कढे फिर रिएक्शन तुरदी ही नहीं है, ठीक है। हुण देखो जिद्दां सी एच थ्री सीगा डबल बोंड, इहनू इस तरह भी लिख सकते हैं, जिद्दां चलो पहलां तां मैं इह बनजीन रिंग ही बना दिंदा इदां। हुण इहदे विच जदों तुसीं ओ एच नैगेटिव पाया, ओ एच नैगेटिव ने इधरों एच पॉजिटिव बाहर पहुँचा दिता, तो इधर क्या बन गया सी एच टू नैगेटिव डबल बोंड। ये तुसीं उहदा पेपर दे विच इत्थों डायरैक्ट कंप्लीट कर देनी, अगर मैकानिज़म पुछिया तां लिखना, अदरवाइज इहनू लिखण की लोड़ नहीं है। ओके जिहड़ा ए वाला इहनू इदां भी लिख सकदे आ सी सिक्स एच फाइव, ये ना होवे तुसीं इत्थों सी सिक्स एच फोर करके इधर नैगेटिव चार्ज लिखिया होवे, एच पॉजिटिव इधरों नहीं निकलना, ये बेंजीन रिंग है, इहदे विच अल्फा हाइड्रोजन नहीं आ, बेंजीन रिंग दे विच अल्फा हाइड्रोजन नहीं आ, याद रखना, ठीक है। हुण ए वाले नैगेटिव ने इत्थे अटैक किया, ए वाला बॉन्ड टुट के इधर आ गया, जिहड़ा इत्थे नैगेटिव आ गया आ पॉजिटिव आ के इहदे नाल जुड़ गया, ठीक है। हुण डायरैक्ट मैं लिखण लगा सी सिक्स एच फाइव आ, सी डबल बॉन्ड ओ, नीचे सी एच थ्री सीगा, ठीक है, इधर की जुड़ गया सी एच टू, ओ रुको रुको, ये डबल बॉन्ड टुट गया सीगा, ठीक है, इन्हें तो बॉन्ड बद गया, जिला इन्हें ये बॉन्ड बनाया सिंगल हो गया, ये एच जुड़ गया, ठीक है, फिर सी डबल बॉन्ड ओ सी सिक्स एच फाइव, ठीक है। तो फिर ये वॉटर तुसी रिमूव कर दो, जो वॉटर रिमूव किया फिर क्या बन गया सी सिक्स एच फाइव, इतने डबल बॉन्ड आ जाना। ये हूँ बार बार उ चीज़ करते पे ना करके थोड़ा मैं स्पीड के कर दिता, अगर नहीं पता लगे तो मैं दोबारा पूछ लेना बेटा। ये साड़िया है अलडोल कंडनसेशन, ठीक है। तो हूँ आप जी अगे करनी करनी है क्रॉस अलडोल। ओके बेटा क्रॉस अलडोल करन तो पहला एक थोड़ी होर एग्जाम्पल कर लीए, अगर तुम्हें आज भी कि पेपर दे विच बेटा इस तरह रिएक्शन आनी है, उन्हें यह नहीं कहना कि यदि अलडोल कंडेंसेशन करो, उन्होंने इदा लिखिया होना डल्यूट एन ए ओ एच, उपर लिखा होना कंप्लीट दिस रिएक्शन, ठीक है, उपर क्या आना कंप्लीट दिस रिएक्शन, ठीक है। हुण तुसी दिमाग लगाना कि की चीज़ है, इधरों याद रखना कि डल्यूट एन ए ओ एच मतलब उन्हें इतने दो नहीं लिखिया होना, ये तुसी अपना खुद दिमाग लगाना कि यार ये दो होने या मोलीक्यूल इदा की रिएक्शन आप कितने पढ़ी सी, अलडोल कंडनसेशन वर्गी लगती पई है, ठीक है। वो बाद हौली हौली तुम्हारा दिमाग चलना, फिर तुम कहना नहीं ये तो क्रॉस अलडोल कंडनसेशन ही है, फिर इनू करना। हुण इहदे विच देखो ये मोलीक्यूल मैं दोनों लिख लैंना सी एच थ्री, पहला एक मोलीक्यूल लिख लीए, हुण देखो बेटा ये कार्बन है ये जी फस्ट कार्बन है अल्फा वो बीटा, आपां जिहड़ा हाइड्रोजन रिमूव करना वह किहड़ी कार्बन तो करना, आपां करना है अल्फा कार्बन तो। इहनू हुण किहड़े तरीके नाल लिखना थोड़ा ध्यान दिओ, लिखिया सी एच टू सी डबल बोंड ओ एच, तो ए वाली सी एच थ्री मैं नीचे लिख दित्ती, ठीक है, इन क्योंकि आपां ए वाली कार्बन तो हाइड्रोजन कढ़ना है, ठीक है। जिला इहदे विच आपां पाया ओ एच नैगेटिव, हुण होना की है ओ एच नैगेटिव ने आह वाली कार्बन तो अल्फा, आ क्यों अल्फा कार्बन आ,
ਇਹਦੇ ਤੋਂ ਅਲਫਾ ਹਾਈਡਰੋਜਨ ਬਾਹਰ ਕੱਢਣਾ। ਹੁਣ ਉਹਨੇ ਕੀ ਕਰਨਾ, ਸੀ ਐਚ ਟੂ ਤੋਂ ਸੀ ਐਚ ਵਨ ਬਣ ਜਾਣਾ। ਨੀਚੇ ਸੀ ਐਚ ਥ੍ਰੀ ਲਿਖਿਆ ਹੋਇਆ, ਠੀਕ ਹੈ। ਇੱਧਰੋਂ ਐਚ ਪੋਜ਼ਿਟਿਵ ਬਾਹਰ ਕੱਢਤਾ ਅਤੇ ਇੱਧਰ ਕਿਹੜਾ ਚਾਰਜ ਆ ਗਿਆ, ਨੈਗੇਟਿਵ, ਠੀਕ ਆ। ਹੁਣ ਏ ਵਾਲੇ ਨੈਗੇਟਿਵ ਨੇ ਇੱਥੇ ਅਟੈਕ ਕਰਨਾ ਆ, ਇਹ ਬੌਂਡ ਨੇ ਅੱਗੇ ਸ਼ਿਫਟ ਹੋਣਾ ਆ, ਠੀਕ ਹੈ। ਕਦੇ ਵੀ ਇਹ ਤੁਸੀਂ ਪਤਾ ਕੀ ਕਰਨੇ, ਤੁਸੀਂ ਮੂੰਹ ਅੱਡਣਾ ਦਬਾ ਦਬ, ਇਹਦੇ ਵਿੱਚੋਂ ਆਪਾਂ ਦਬਾ ਦਬ ਕੱਢ ਦੇਣਾ ਕਿ ਲੈ ਆ ਤਾਂ ਸੌਖਾ ਹੀ ਬੜਾ, ਠੀਕ। ਇਹਦੇ ਵਿੱਚੋਂ ਨਹੀਂ ਕੱਢਣਾ, ਇਹ ਬੀਟਾ ਕਾਰਬਨ ਆ, ਆਪਾਂ ਐਲਫਾ ਹਾਈਡਰੋਜਨ ਕੱਢਣੀ ਆ, ਓਕੇ। ਯਾਦ ਰੱਖਣਾ ਕੀ ਬਣ ਜਾਣਾ, ਸੀ ਐਚ ਥ੍ਰੀ ਐਜ ਇਟ ਇਜ਼। ਪਹਿਲਾਂ ਮੈਂ ਇੱਧਰੋਂ ਚੱਲਣਾ, ਸੀ ਐਚ ਥ੍ਰੀ, ਸੀ ਐਚ ਟੂ, ਸੀ ਇੱਧਰ ਐਚ, ਠੀਕ ਹੈ। ਇਹਨੇ ਬਣਾਇਆ ਆਹ ਵਾਲੀ ਸੀ ਐਚ ਦੇ ਨਾਲ ਬੌਂਡ, ਠੀਕ ਹੈ। ਨੀਚੇ ਇਹਦੇ ਕੀ ਜੁੜਿਆ ਹੋਇਆ, ਸੀ ਐਚ ਥ੍ਰੀ, ਇੱਧਰਲੀ ਸਾਈਡ ਸੀ ਡਬਲ ਬੌਂਡ ਓ ਐਚ, ਠੀਕ ਹੈ। ਅਤੇ ਇੱਧਰ ਡਬਲ ਬੌਂਡ ਓ ਸੀਗਾ, ਇੱਥੇ ਸਿੰਗਲ ਰਹਿ ਗਿਆ ਓ, ਅਤੇ ਆਹ ਵਾਲਾ ਐਚ ਇਹਦੇ ਨਾਲ ਜੋੜ ਦੇਣਾ। ਇੰਨੀ ਚੀਜ਼ ਹੋ ਗਈ। ਫਿਰ ਇਹਦੇ ਵਿੱਚੋਂ ਹੁਣ ਵਾਟਰ ਮੋਲੀਕਿਊਲ ਰਿਮੂਵ ਕਰ ਲਓ, ਇੱਧਰੋਂ ਆਹ ਵਾਲਾ ਐਚ ਅਤੇ ਇੱਧਰੋਂ ਆਹ ਵਾਲੀ ਚੀਜ਼। ਇਹ ਵਾਲੇ ਜਿਹੜੇ ਇੱਦਾਂ ਮੈਂ ਮਗ ਲਗਾਉਣਾ, ਤੁਸੀਂ ਵੀ ਲਗਾ ਸਕਦੇ ਹੋ, ਬਟ ਕਈ ਵਾਰੀ ਐਗਜ਼ਾਮੀਨਰ ਜਿਹੜੇ ਗੁੱਸਾ ਕਰ ਜਾਂਦੇ ਆ, ਠੀਕ ਹੈ, ਇੱਦਾਂ ਦੀਆਂ ਗੱਲਾਂ ਦਾ। ਅਤੇ ਸੋ ਤੁਸੀਂ ਥੋੜ੍ਹਾ ਧਿਆਨ ਰੱਖਣਾ। ਇਹਦੇ ਵਿੱਚ ਡਬਲ ਬੌਂਡ ਆ ਗਿਆ ਸੀ, ਇੱਧਰ ਨੀਚੇ ਸੀ ਐਚ ਥ੍ਰੀ ਲੱਗਾ ਹੋਇਆ ਇਹਦੇ ਨਾਲ, ਫਿਰ ਸੀ ਡਬਲ ਬੌਂਡ ਓ ਐਚ, ਇਸ ਤਰ੍ਹਾਂ ਚੱਲਦਾ ਪਿਆ, ਠੀਕ ਹੈ। ਇਹ ਅਲਡੋਲ ਹੀ ਆ। ਹੁਣ ਅੱਗੇ ਆਪਾਂ ਕਰਨੀ ਆ ਕ੍ਰੋਸ ਅਲਡੋਲ, ਕ੍ਰੋਸ ਅਲਡੋਲ। ਉਹਦਾ ਮੈਕਾਨਿਜ਼ਮ ਨਹੀਂ ਕਰਨਾ, ਬਟ ਮੈਂ ਤੁਹਾਨੂੰ ਥੋੜ੍ਹਾ ਕੁ ਹਿੰਟ ਦੇ ਦਿੰਦਾ ਹਾਂ, ਚਲੋ ਕਰ ਹੀ ਲੈਂਦੇ ਹਾਂ। ਕ੍ਰੋਸ ਅਲਡੋਲ ਦੇ ਵਿੱਚ ਮੰਨ ਲਓ ਤੁਹਾਡੇ ਕੋਲ ਹੈਗਾ ਆ, ਕ੍ਰੋਸ ਅਲਡੋਲ, ਜਿੱਦਾਂ ਇੱਕ ਆਹ ਲਿਖ ਲਿਆ ਆਪਾਂ, ਹੁਣ ਇਹ ਚੀਜ਼ ਆ, ਠੀਕ ਹੈ। ਇਹਦੇ ਵਿੱਚ ਡਲਿਊਟ ਐਨ ਏ ਓ ਐਚ ਪਾਇਆ ਆਪਾਂ। ਹੁਣ ਇਹਦੇ ਵਿੱਚ ਪੁੱਤਰ ਦੋ ਪ੍ਰੋਡਕਟ ਬਣਦੇ ਆ, ਦੋ ਪ੍ਰੋਡਕਟ ਕਿੱਦਾਂ ਬਣਦੇ ਆ, ਹੁਣ ਦੇਖੋ। ਜਿਹੜਾ ਇੱਕ ਆਹ ਵਾਲਾ ਕੰਪਾਊਂਡ ਹੋਰ ਆ, ਇਹ ਵਾਲਾ ਕੰਪਾਊਂਡ ਹੋਰ ਆ, ਜੇ ਆਪਾਂ ਇਹਦੀ ਗੱਲ ਕਰੀਏ, ਇਹਦੀ ਅਲਫਾ ਹਾਈਡਰੋਜਨ ਤਿੰਨ ਆ, ਇਹਦੇ ਅਲਫਾ ਹਾਈਡਰੋਜਨ ਦੋ ਆ, ਠੀਕ ਹੈ ਨਾ। ਮਤਲਬ ਕਿ ਜਦੋਂ ਜਿਹੜਾ ਓ ਐਚ ਨੈਗੇਟਿਵ ਆ, ਇੱਧਰੋਂ ਵੀ ਐਚ ਕੱਢ ਸਕਦਾ, ਇੱਧਰੋਂ ਵੀ ਐਚ ਕੱਢ ਸਕਦਾ। ਜਿਹੜੇ ਉੱਪਰ ਵਾਲੇ ਸੀ ਉਹ ਸਾਰੇ ਸੇਮ ਸੀਗੇ, ਤਾਂ ਕਰਕੇ ਆਪਾਂ ਚਾਹੇ ਇੱਧਰੋਂ ਕੱਢ ਲਈਏ ਚਾਹੇ ਇੱਧਰੋਂ ਕੱਢ ਲਈਏ, ਕੋਈ ਫਰਕ ਨਹੀਂ ਪੈਂਦਾ। ਬਟ ਇਹਦੇ ਵਿੱਚ ਜੇ ਆਪਾਂ ਇੱਧਰੋਂ ਕੱਢਾਂਗੇ ਫਿਰ ਹੋਰ ਪ੍ਰੋਡਕਟ ਬਣਨਾ, ਜੇ ਇੱਧਰੋਂ ਕੱਢਾਂਗੇ ਫਿਰ ਹੋਰ ਪ੍ਰੋਡਕਟ ਬਣਨਾ, ਠੀਕ ਹੈ। ਇਹਦੇ ਵਿੱਚ ਦੋ ਪ੍ਰੋਡਕਟ ਬਣਨੇ ਆ। ਪਹਿਲਾਂ ਤੁਸੀਂ ਇੱਦਾਂ ਕਰਿਓ, ਵੀਡੀਓ ਪੌਜ਼ ਕਰਕੇ ਖੁਦ ਦੋ ਪ੍ਰੋਡਕਟ ਬਣਾਉਣ ਦੀ ਕੋਸ਼ਿਸ਼ ਕਰਿਓ, ਠੀਕ ਹੈ ਨਾ। ਉੱਦਾਂ ਮੈਂ ਤੁਹਾਨੂੰ ਇਹਦਾ ਮੈਥਡ ਤਾਂ ਕੁਛ ਨਹੀਂ ਗਾ, ਸਿੰਪਲ ਉਹੀ ਚੀਜ਼ ਆ। ਪਹਿਲਾਂ ਇਹਨੂੰ ਇੱਦਾਂ ਹੀ ਲਿਖ ਦਿਓ, ਸੀ ਐਚ ਡਬਲ ਬੌਂਡ ਓ ਐਚ, ਠੀਕ ਹੈ। ਮੰਨ ਲਓ ਆਪਾਂ ਆਹ ਵਾਲੀ ਪੋਜੀਸ਼ਨ ਤੋਂ ਹਾਈਡਰੋਜਨ ਕੱਢਿਆ, ਸੀ ਐਚ ਸੀਗਾ, ਠੀਕ ਹੈ, ਸੀ ਐਚ ਟੂ, ਸੀ ਐਚ ਥ੍ਰੀ ਨੂੰ ਨੀਚੇ ਨੂੰ ਕਰਕੇ ਲਿਖ ਲਿਆ, ਆਹ ਵਾਲੇ ਨੂੰ ਨੀਚੇ ਨੂੰ, ਇੱਧਰ ਸੀ ਡਬਲ ਬੌਂਡ ਓ ਐਚ। ਜੇ ਇੱਧਰੋਂ ਕੱਢਿਆ ਫਿਰ ਇਹਨੇ ਅਟੈਕ ਕੀਤਾ, ਇਹਤੇ ਅੱਗੇ ਚੱਲ ਗਿਆ, ਕੀ ਬਣ ਗਿਆ, ਸੀ ਐਚ ਥ੍ਰੀ, ਸੀ ਇੱਧਰ ਓ ਐਚ ਲੱਗ ਜਾਣਾ, ਠੀਕ ਹੈ। ਮੈਂ ਥੋੜ੍ਹਾ ਤੇਜ਼ ਕਰਦਾ ਪਿਆ ਕਿਉਂਕਿ ਵਾਰ ਵਾਰ ਆਪਾਂ ਉਹੀ ਚੀਜ਼ ਕਰ ਰਹੇ ਹਾਂ। ਠੀਕ ਹੈ, ਹੁਣ ਇਹਦੇ ਵਿੱਚੋਂ ਵਾਟਰ ਮੋਲੀਕਿਊਲ ਬਾਹਰ ਨਿਕਲ ਜਾਣਾ, ਵਾਟਰ ਮੋਲੀਕਿਊਲ ਬਾਹਰ ਕੱਢ ਲਓ, ਡਬਲ ਬੌਂਡ ਸੀ, ਸੀ ਡਬਲ ਬੌਂਡ ਓ ਐਚ, ਇੱਧਰ ਸੀ ਐਚ, ਇੰਨੀ ਚੀਜ਼ ਬਣ ਗਈ। ਇੱਕ ਤਾਂ ਇਹ ਪ੍ਰੋਡਕਟ ਬਣਿਆ ਸਾਡਾ ਫਸਟ, ਠੀਕ ਹੈ। ਹੁਣ ਦੂਸਰੇ ਕੇਸ ਦੇ ਵਿੱਚ ਇਹਨੂੰ ਇੱਧਰਲੀ ਸਾਈਡ ਰੱਖੋ, ਸੀ ਐਚ ਥ੍ਰੀ ਨੂੰ, ਆਹ ਵਾਲੇ ਸਾਰੇ ਪਹਿਲੇ ਮੋਲੀਕਿਊਲ ਨੂੰ, ਅਤੇ ਇਹਦੇ ਵਿੱਚੋਂ ਕੱਢਿਆ ਹੁਣ ਆਪਾਂ ਇਹਨੂੰ ਇੱਧਰ ਰੱਖਿਆ, ਸੀ ਐਚ ਥ੍ਰੀ, ਸੀ ਡਬਲ ਬੌਂਡ ਓ ਐਚ, ਠੀਕ ਹੈ। ਹੁਣ ਜੇ ਇਹਦੇ ਵਿੱਚ ਓ ਐਚ ਨੈਗੇਟਿਵ ਪਾਇਆ, ਇਹਨੇ ਇੱਧਰੋਂ ਕੱਢਣਾ, ਕਿਆ ਬਣ ਗਿਆ, ਸੀ ਐਚ ਟੂ ਨੈਗੇਟਿਵ ਡਬਲ ਬੌਂਡ ਓ ਐਚ, ਠੀਕ ਹੈ। ਹੁਣ ਇਹਨੇ ਇੱਥੇ ਅਟੈਕ ਕੀਤਾ, ਇਹ ਅੱਗੇ ਗਿਆ, ਸੇਮ ਉਹੀ ਚੀਜ਼ ਚੱਲਣੀ, ਅੱਗੇ ਬਣ ਗਿਆ ਸੀ ਐਚ ਥ੍ਰੀ, ਸੀ ਐਚ ਟੂ, ਸੀ ਇੱਧਰ ਓ ਐਚ ਬਣ ਗਿਆ,
नीचे एच सी एच टू सी डबल बॉन्ड ओ एच, ठीक है। लास्ट के बच्चे ये वाटर मॉलिक्यूल रिमूव कर दियो। हुण देखो ये दूसरा, ये दो प्रोडक्ट बने, ठीक है ना। इनू आप ये एसीटैल्डिहाइड है, प्रोपेन वाला, इन्हों जो आप इन्हों की क्रॉस अलडोल करवाई हैगी, अलडोल कंडेंसेशन या क्रॉस काते बोलते पे, क्योंकि आप दो बखरे बखरे एल्डिहाइड या कीटोन लैके कर रहे हैं। पता लग गया क्रॉस अलडोल तो अलडोल के बीच क्या डिफरेंस आ। अलडोल के बीच सेम लैके करते पे हैं, क्रॉस के बीच आप दो बखरे बखरे एल्डिहाइड लै, ठीक है। तो ये दो प्रोडक्ट बनते पे, ओके। यदा ध्यान रखना, अगर कोई डाउट हो तो पूछ सकते हैं। ओके बेटा, थैंक यू।